ਸੋਹਣੀ ਦੂਜੇ ਥਣਾਂ 'ਚ ਮਾਰੋ ਸਿਰ ਤਾਂ ਦੂਜੇ 'ਚ ਮਾਰਿਓ ਅਗਲੇ 'ਚ ਥੋੜ੍ਹਾ ਜਿਹਾ ਮਾਰੋ ਬਸ ਠੀਕ ਹੋ ਨਾਲੇ ਨਹੀਂ ਥੋੜ੍ਹਾ ਜਿਹਾ ਚੰਗਾਣਾ ਹੈ ਇਹ ਝੁਕ ਲਿਆ ਵੇਖ ਥਾਣੇ ਕੋਲ ਝੁਕ ਲਿਆ ਅਗਲੇ ਕੰਮ ਖੁਦਾ ਦੇਣ ਅਸੀਂ ਇਹਨੂੰ ਇੰਜ ਰੱਸੀ ਦੇੜੇ ਵੀ ਨਹੀਂ ਕੀਤੀ ਲੇਕਿਨ ਤੁਸੀਂ ਧਿਆਨ ਰੱਖਣਾ ਇਹ ਹੁਣ ਅੱਲਾ ਸੋਹਣੇ ਨੂੰ ਪਤਾ ਜੇ ਕੋਈ ਸਾਹਿਬ ਵੇਖ ਬੜੀ ਜੋਟੀ ਬਣਸੀ ਬਸ بسم اللہ الرحمن الرحیم السلام علیکم دوستو امید ہے سب دوست سب بھائی خیریت نال ہوو دے دوستو میں تہاڈا بھائی تہاڈا دوست تہاڈا میزبان عمران اسلم وڑیچ تسی دیکھ رہے ہو اپنا مویشی منڈی ٹی وی چینل دوستو دوستو اپنی پوری کوشش ہے کہ انشاءاللہ اچھے تو اچھے جانور لے کے تے حاضر ہوئیے تہاڈی خدمت وچ ਅੱਛੇ ਤੋਂ ਅੱਛੇ ਜਾਨਵਰਾਂ ਦੀ ਵੀਡੀਓ ਵੀ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਗਈ ਹੈ ਅਤੇ ਦੋਸਤੋ ਦੂਸਰੀਆਂ ਗੱਲਾਂ ਨੇ ਨਸੀਬ ਦੀਆਂ ਇਹ ਭਾਈ ਉਹਨਾਂ ਮਾਝ ਤਕਰੀਬਨ 4-5 ਦਿਨ ਹੋ ਗਏ ਨੇ ਇੱਕ ਮਾਝ ਲਈ ਸੀ ਫਿਰ ਰੋਗ ਲਈ ਕੇ ਯਾਰਾ ਕੋਈ ਗਾਂ ਲੈ ਲਈਏ ਪਸੰਦ ਆ ਜਾਂਦੀ ਅਤੇ ਮੈਂ ਕਿਹਾ ਠੀਕ ਹੈ ਖੈਰ ਹੋਵੇ ਅੱਲਾ ਪਾਕ ਖੈਰ ਕਰੇ ਜੀ ਉਹ ਫਿਰ ਕੁਝ ਦਿਨ ਮਾਝ ਰੋਕ ਗਈ ਜੀ ਫਿਰ ਗਾਵਾਂ ਇੱਕ ਦੋ ਆਈਆਂ ਵੇਖ ਗਈਆਂ ਫਿਰ ਉਹਨਾਂ ਕਿਹਾ ਚਲੋ ਹੁਣ ਜਦੋਂ ਆਈਆਂ ਫਿਰ ਆਈਆਂ ਜੀ ਫਿਰ ਭਾਈ ਉਹਨਾਂ ਨੇ ਆਖਿਆ ਜੀ ਆ ਜਾਓ ਹੁਣ ਚੋਣ ਆਪਣੀ ਕਰ ਲਓ 4-5 ਆਈਆਂ ਉਸ ਦਿਨ ਦੋਸਤੋ ਭਾਈ ਹੋਰੀ ਗਏ ਅਤੇ ਦੋ ਗਾਵਾਂ ਭਾਈ ਹੋਰੀ ਪਸੰਦ ਕਰ ਆਏ ਜੀ ਲੈਣੀ ਤਾਂ ਇੱਕ ਗਾਂ ਸਾਡੇ ਫਿਰ ਉਹ ਇੱਕ ਗਾਂ ਹੋਰ ਵੀ ਉਹਨਾਂ ਨੂੰ ਪਸੰਦ ਆ ਗਈ ਦੂਜੀ ਹੈ ਚੋਲਸਤਾਨੀ ਗਾਂ ਬਹੁਤ ਚੰਗੀ ਗਾਂ ਇਹ ਅੱਗੇ ਨਸੀਬ ਨੇ ਅਤੇ ਅਲਹਮਦੁਲਿਲਾ ਜੀ ਅੱਛੀ ਡੀਲ ਰਹੀ ਭਾਈ ਹੋਰਾਂ ਨਾਲ ਬਹੁਤ ਅੱਛਾ ਵਕਤ ਗੁਜ਼ਰਿਆ ਅੱਛਾ ਸੌਦਾ ਰਿਹਾ ਭਾਈ ਹੋਰਾਂ ਨੂੰ ਵੀ ਬਹੁਤ ਅੱਛੇ ਜਾਨਵਰ ਨੇ ਮੁਨਾਸਬ ਕੀਮਤ ਦੇ ਨੇ ਅੱਗੂ ਨੇ ਉਹਨਾਂ ਦੇ ਨਸੀਬ ਜਾਨਵਰ ਚੈੱਕ ਕਰਾਏ ਨੇ ਜਾਨਵਰ ਪਾਸ ਕਰਾਏ ਨੇ ਮੱਝ ਵੀ ਚੁਆਈ ਹੈ ਜੀ ਇਹ ਚੀਜ਼ਾਂ ਜੇ ਇੱਥੇ ਆਪਣੀਆਂ ਪਾਸ ਕਰ ਲਓ ਅਲਹਮਦੁਲਿਲਾ ਪਾਸ ਨੇ ਜੀ ਅੱਗੋਂ ਇਨਸ਼ਾਅੱਲਾ ਅੱਲਾ ਪਾਕ ਬਿਹਤਰ ਕਰੇ ਦਾ ਨੇ ਬਿਹਤਰ ਹੋਵੇ ਅੱਲਾ ਪਾਕ ਨਸੀਬ ਕਰੇ ਨੇ ਜੀ ਚੋਣੀਆਂ ਪੀਣੀਆਂ ਝੁਗਣੀਆਂ ਦੇ ਜੇ ਦੋਸਤੋ ਇਹ ਚਾਰ ਜਾਨਵਰ ਭਾਈ ਹੋਰਾਂ ਲਏ ਨੇ ਜ਼ਫਰ ਨਾਮ ਹੈ ਭਾਈ ਹੋਰਾਂ ਦਾ ਅਤੇ ਖਾਰੀਆਂ ਦੇ ਨੇ ਖਾਰੀਆਂ ਤੋਂ ਅੱਗੇ ਪਿੱਛੇ ਮੈਨੂੰ ਐਗਜੈਕਟ ਜਗ੍ਹਾ ਨਹੀਂ ਪਤਾ ਅਤੇ ਲੇਕਿਨ ਖਾਰੀਆਂ ਦੇ ਨੇ ਭਾਈ ਜ਼ਫਰ ਨਾਮ ਹੈ ਭਾਈ ਹੋਰਾਂ ਦਾ ਦੋਸਤੋ ਸਾਡੀ ਲੋਕੇਸ਼ਨ ਜਿਹੜੀ ਜ਼ਿਲ੍ਹਾ ਸਰਗੋਧਾ ਥਾਣਾ ਜਾਵਰੀਆਂ ਚੱਕ ਹਯਾਤਪੁਰ ਹੈ ਰਾਬਤਾ ਨੰਬਰ 03416692205 ਦੂਸਰਾ ਨੰਬਰ ਜੈਜ਼ ਦੈ 03300-8896-3690 ਦੋਸਤੋ ਇਹਨਾਂ 'ਤੇ ਵਟਸਐਪ ਈਮੋ ਬਣੀ ਹੈ ਇੱਕ ਮੇਰਾ ਬਾਹਰ ਦਾ ਨੰਬਰ ਹੈ ਦੋਸਤੋ 0580-50-53-83 ਦੋਸਤੋ ਇਹ ਤਿੰਨਾਂ ਨੰਬਰਾਂ 'ਤੇ ਵਟਸਐਪ ਈਮੋ ਬਣੀ ਹੈ ਮੈਂ ਡਿਸਕ੍ਰਿਪਸ਼ਨ ਵਿੱਚ ਅੱਗੇ ਵੀ ਨੰਬਰ ਦੇ ਦੇਣਾ ਸਾਡੀ ਹਰ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦੋਸਤੋ ਨੰਬਰ ਮੌਜੂਦ ਨੇ ਤੁਸੀਂ ਉੱਥੋਂ ਸਾਨੂੰ ਆਪ ਨੰਬਰ ਸੇਵ ਕਰਕੇ ਰਾਬਤਾ ਕਰ ਸਕਦੇ ਹੋ ਦੋਸਤੋ ਮੈਂ ਕਿਸੇ ਵਜ੍ਹਾ ਤੋਂ ਦੋਸਤੋ ਰਾਬਤਾ ਨਾ ਕਰ ਸਕਾਂ ਮੈਸੇਜ ਦਾ ਨਾ ਜਵਾਬ ਦੇ ਸਕਾਂ ਦੋਸਤੋ ਮਾਜ਼ਰਤ ਯਕੀਨ ਮੰਨੋ ਕਿ ਸਾਡਾ ਅਸਲ ਪਲੇਟਫਾਰਮ ਜਿਹੜੀ ਫੇਸਬੁੱਕ ਗਰੁੱਪ ਸਾਡੀ ਆਈਡੀ ਹੈ ਯੂਟਿਊਬ 'ਤੇ ਅਸੀਂ ਬਹੁਤ ਨਵੇਂ ਆਉਂ ਅਤੇ ਲੇਕਿਨ ਸਾਡਾ ਮੇਨ ਪਲੇਟਫਾਰਮ ਜਿਹੜਾ ਦੋਸਤੋ ਹੋਵੇ ਫੇਸਬੁੱਕ ਜਿੱਥੇ ਅਸੀਂ ਮਾਲ ਵੇਚਦੇ ਹਾਂ ਜਿੱਥੋਂ ਅਸੀਂ ਸਟਾਰਟ ਕੀਤੇ ਆ ਕੰਮ ਤਾਂ ਵੈਸੇ ਇਲਾਕੇ ਤੋਂ ਸਟਾਰਟ ਕੀਤਾ ਫਿਰ ਫੇਸਬੁੱਕ ਫਿਰ ਆਈ ਡੀ ਫਿਰ ਗਰੁੱਪ ਫਿਰ ਪੇਜ ਉੱਥੋਂ ਸਾਨੂੰ ਤੁਸੀਂ ਫਾਲੋ ਵੀ ਕਰ ਸਕਦੇ ਦੋਸਤੋ ਫੇਸਬੁੱਕ ਪੇਜ ਤੋਂ ਫੇਸਬੁੱਕ ਗਰੁੱਪਾਂ ਤੋਂ ਮੈਂ ਲਿੰਕ ਦਿੱਤੇ ਹੁੰਦੇ ਡਿਸਕ੍ਰਿਪਸ਼ਨ ਵਿੱਚ ਵੀਡੀਓ ਦੀ ਡਿਸਕ੍ਰਿਪਸ਼ਨ ਹੁੰਦੀ ਹੈ
ਉਹਦੇ 'ਚ। ਦੋਸਤੋ ਵੀਡੀਓ ਲਾਈਕ ਕਰ ਦਿਓ, ਅੱਗੇ ਵੀ ਰਿਕੁਐਸਟ ਕਰੀ ਦੀ, ਫਿਰ ਵੀ ਕਰਦੇ ਰਵਾਂਗੇ, ਭਾਈਆਂ ਨਾਲ ਤੁਹਾਡੇ ਦੋਸਤਾਂ ਨਾਲ। ਦੋਸਤੋ ਤੁਹਾਡਾ ਸਾਥ ਚਾਹੀਦਾ, ਤੁਹਾਡਾ ਚਾਵਨ ਚਾਹੀਦਾ। ਦੋਸਤੋ ਯਕੀਨ ਮੰਨੋ, ਜਿੰਨੀ ਤੁਸੀਂ ਮੁਹੱਬਤ ਦੇ ਰਹੇ ਹੋ ਨਾ, ਇਸ ਕਾਬਲ ਅਸੀਂ ਨਹੀਂ। ਫਿਰ ਵੀ ਦੋਸਤੋ ਤੁਹਾਡੀ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ, ਅਤੇ ਇਨਸ਼ਾਅੱਲਾ ਤੁਹਾਡੀ ਇਹ ਮੁਹੱਬਤ ਰਾਏਗਾ ਨਹੀਂ ਜਾਏਗੀ, ਇਨਸ਼ਾਅੱਲਾ ਇਨਸ਼ਾਅੱਲਾ। ਦੋਸਤੋ ਤੁਹਾਡੇ ਦਿਲ ਨੂੰ ਦਿਲ ਆਜ਼ਾਰੀ ਅਸੀਂ ਨਹੀਂ ਕਰਨ ਲੱਗੇ, ਅਤੇ ਦੋਸਤੋ ਇਨਸ਼ਾਅੱਲਾ ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਕਰਾਂਗੇ, ਅਤੇ ਬਾਕੀ ਇਨਸ਼ਾਅੱਲਾ ਦੋਸਤੋ ਅੱਲਾਹ ਪਾਕ ਬਿਹਤਰ ਕਰੇ ਦਾ, ਅੱਲਾਹ ਪਾਕ ਮਦਦ ਕਰੇ ਜੀ, ਅੱਲਾਹ ਪਾਕ ਇਹਨਾਂ ਨੂੰ ਮੱਝਾਂ ਦੋਵੇਂ ਨਸੀਬ ਕਰੇ, ਗਾਵਾਂ ਨਸੀਬ ਕਰੇ ਜੀ, ਚੋਣੀਆਂ ਪੀਣੀਆਂ ਝੁਗਣੀਆਂ ਦੇ ਜੀ, ਠੀਕ ਹੈ ਜੀ। ਦੋਸਤੋ ਇਸ ਤਰ੍ਹਾਂ ਬਹੁਤ ਅੱਛਾ ਹੁੰਦਾ, ਮੌਕੇ 'ਤੇ ਜਾਓ, ਆਪਣੇ ਜਾਨਵਰ ਵੇਖ ਲਓ, ਆਪਣੀ ਤਸੱਲੀ ਕਰ ਲਓ, ਆਪਣੇ ਚੋਲੋ ਪਾਸ ਕਰ ਲਓ ਜੀ, ਉਹ ਗਿੱਲੇ ਚਿਕਵੇ ਲਾਮੇ ਨਹੀਂ ਰਹਿੰਦੇ ਇੱਕ ਦੂਸਰੇ ਨਾਲ, ਅਤੇ ਨਹੀਂ ਤਾਂ ਬਾਅਦ ਜੀ ਡੰਗਰ ਛੋਟਾ, ਥਣ ਛੋਟਾ, ਕੱਦ ਛੋਟਾ ਜੀ, ਵੀਡੀਓ ਜ਼ਿਆਦਾ ਨਜ਼ਰ ਆਈ ਹੈ ਜੀ। ਲੇਕਿਨ ਦੋਸਤੋ ਸਾਡੇ ਕੋਈ ਨਹੀਂ, ਛੋਟੇ ਜਿਹੇ ਮੋਬਾਈਲ ਤੋਂ ਵੀਡੀਓ ਬਣਾਉਂਦੇ ਨੇ, ਇਹ ਵੀ ਤੁਹਾਡੇ ਵਾਸਤੇ ਬਣਾ ਦਿੰਦੇ ਨੇ ਕਿ ਚਲੋ ਜੀ ਯਾਰ ਦੋਸਤ ਜਿਹੜੇ ਬਾਹਰ ਨੇ ਉਹਨਾਂ ਨੂੰ ਵਿਖਾ ਲਈਏ, ਜਾਨਵਰ ਇਹ ਜਾਨਵਰ ਨੇ, ਇਹ ਨੇ ਨਹੀਂ, ਇਹ ਤੁਹਾਡੀ ਯਾਨੀ ਕਿ ਤੁਹਾਡੇ ਵਾਸਤੇ ਆਸਾਨੀ ਹੈ। ਘਰ ਬੈਠੇ ਤੁਸੀਂ ਜਾਨਵਰ ਵੇਖ ਰਹੇ ਹੋ, ਜਾਨਵਰਾਂ ਦੀ ਚਵਾਈ ਵੇਖ ਰਹੇ ਹੋ, ਜਾਨਵਰ ਆ ਰਹੇ ਆਉਂਦੇ ਵੇਖ ਰਹੇ ਹੋ, ਜਾਨਵਰ ਲੋਡ ਹੁੰਦੇ ਵੇਖ ਰਹੇ ਹੋ। ਦੋਸਤੋ ਦੁਆ ਮੰਗਣਾ, ਦੋਸਤੋ ਆਮੀਨ ਕਰ ਦਿਆ ਕਰੋ, ਪਤਾ ਨਹੀਂ ਕਿਹਦੀ ਆਮੀਨ ਕਬੂਲ ਹੋ ਜੇ, ਯਕੀਨ ਮੰਨੋ, ਪਤਾ ਨਹੀਂ ਕਿਹਦੀ ਅੱਲਾ ਮੂੰਹ ਦੀ ਸੁਣ ਲਏ ਜੇ। ਅੱਲਾ ਪਾਕ ਜੇ ਮਾਲ ਲੈਂਦਾ, ਪਤਾ ਨਹੀਂ ਕੱਲ੍ਹ ਨੂੰ ਤੁਸੀਂ ਵੀ ਲੈਣੇ ਹੋਣ ਦੇ, ਤੁਸੀਂ ਵੀ ਲੈ ਜਾਂਦੇ ਹੋ, ਤੁਹਾਡੇ ਵੀ ਅੱਲਾ ਪਾਕ ਨਸੀਬ ਕਰੇ। ਦੋਸਤੋ ਅਸੀਂ ਦੁਆ ਝੋਲੀ ਕਰਕੇ ਮੰਗਦੇ ਹਾਂ, ਜਾਂ ਅੱਲਾ ਪਾਕ ਜਿਹੜਾ ਮਾਲ ਡੰਗਰ ਲੈ ਜਾਂਦਾ, ਜਾਂ ਅੱਲਾ ਪਾਕ ਜਿਹੜਾ ਖੜਦਾ, ਅੱਲਾ ਪਾਕ ਉਹਦੇ ਨਸੀਬ ਕਰ, ਉਹਨਾਂ ਦੇ ਮਾਲੇ ਦੇ ਸਾਹ ਲੰਮੇ ਕਰ, ਮਾਲਕਾਂ ਦੇ ਕਰ, ਜਾਂ ਅੱਲਾ ਪਾਕ ਉਹਨਾਂ ਨੂੰ ਚੋਣੀਆਂ ਪੀਣੀਆਂ ਚੁਗਣੀਆਂ ਦੇ, ਜਾਂ ਅੱਲਾ ਜੇ ਕੱਟੀ ਨੇ ਤਾਂ ਵੀ ਵਧਾ ਦੇ ਨੇ, ਜਾਂ ਅੱਲਾ ਜੇ ਕੋਈ ਮਾੜੀ ਚੰਗੀ ਹੈ ਤਾਂ ਵੀ ਖਤਮ ਕਰਦੇ ਨੇ ਮੇਰਿਆ ਮੌਲਾ। ਦੋਸਤੋ ਆਮੀਨ ਕਰ ਦੇਣਾ ਬਹੁਤ, ਅੱਲਾ ਦੇਖੋ ਪਤਾ ਨਹੀਂ ਕਿਹਦੀ ਸੁਣ ਲੇ, ਕਿਹਦੇ 'ਤੇ ਅੱਲਾ ਰਾਜ਼ੀ ਹੋ ਜੇ, ਪਤਾ ਨਹੀਂ ਕਿਹਦੀ ਅੱਲਾ ਪਸੰਦ ਕਰਦਾ ਆਮੀਨ। ਅਤੇ ਦੋਸਤੋ ਆਮੀਨ ਕਰ ਛੱਡਿਆ ਕਰੋ ਜੀ, ਅੱਲਾ ਪਾਕ ਨਸੀਬ ਕਰੇ ਨੇ ਜੀ ਚੋਣੀਆਂ ਪੀਣੀਆਂ ਚੁਗਣੀਆਂ ਦੇ। ਦੇਖੋ ਦੋਸਤੋ ਕਿਸੇ ਦੇ ਨਸੀਬ ਸਾਡੇ ਕੋਲੋਂ ਨਹੀਂ ਬਣਦੇ, ਹਾਂ ਮੌਕੇ 'ਤੇ ਚੰਗੀ ਮਾੜੀ ਅਸੀਂ ਵਸੂਲ ਹਾਂ ਸਾਡੇ ਡੇਰੇ 'ਤੇ, ਅਗਾਂਹ ਦੋਸਤੋ ਅੱਲਾ ਵਾਰਸ ਹੈ। ਅਤੇ ਇਨਸ਼ਾਅੱਲਾ ਇਨਸ਼ਾਅੱਲਾ 19 ਵੀ ਨਾ ਹੈ ਨਾ ਹੋਣ ਲੱਗੀ, ਜਿਹੜੀ ਕੋ ਹੋਵੇ ਦੀ ਸਾਹਮਣੇ ਗੱਲ ਕਰਕੇ ਇਹ ਚੀਜ਼ ਜੇ ਇਹ ਵੇਖ ਲਓ, ਅਤੇ ਬਾਕੀ ਇਨਸ਼ਾਅੱਲਾ ਦੋਸਤੋ ਅੱਲਾ ਪਾਕ ਬਿਹਤਰ ਕਰੇ ਦਾ। ਦੋਸਤੋ ਫਿਰ ਮੈਂ ਆਖਾਂਗਾ, ਫਿਰ ਮੈਂ ਕਹਿਣਾ ਚਾਹਾਂਗਾ, ਦੋਸਤੋ ਵੀਡੀਓ ਲਾਈਕ ਕਰ ਦਿਆ ਕਰੋ, ਤੁਹਾਡੀ ਮਿਹਰਬਾਨੀ ਦੋਸਤੋ, ਰਿਕੁਐਸਟ ਸਮਝ ਲਓ ਭਾਈ ਦੀ, ਇਨਸ਼ਾਅੱਲਾ ਤੁਹਾਡੀ ਮੁਹੱਬਤ ਰਾਏਗਾ ਨਹੀਂ ਜਾਣ ਦੇਣ ਲੱਗੇ। ਅਤੇ ਦੋਸਤੋ ਜਿੰਨੀ ਤੁਸੀਂ ਮੁਹੱਬਤ ਦੇ ਰਹੇ ਹੋ, ਦੋਸਤੋ ਮੈਂ ਬਹੁਤ ਤੁਹਾਡਾ ਮਸ਼ਕੂਰ ਹਾਂ, ਜਿਹੜੇ ਜਿਹੜੇ ਬੰਦੇ ਲਾਈਕ ਕਰਦੇ ਹੋ, ਕਮੈਂਟ ਕਰਦੇ ਹੋ, ਰਾਬਤਾ ਕਰਦੇ ਹੋ, ਦੋਸਤੋ ਤੁਹਾਨੂੰ ਸਲਾਮ ਹੈ, ਅਸਲਾਮ ਵਾਲੇਕੁਮ। ਅਤੇ ਦੋਸਤੋ ਇਨਸ਼ਾਅੱਲਾ ਇਨਸ਼ਾਅੱਲਾ ਅੱਛੇ ਤੋਂ ਅੱਛੇ ਜਾਨਵਰ ਲੈ ਕੇ ਆਵਾਂਗੇ ਤੁਹਾਡੇ ਵਾਸਤੇ, ਅੱਛੇ ਤੋਂ ਅੱਛੇ ਜਾਨਵਰਾਂ ਦੀ ਵੀਡੀਓ ਤੁਹਾਨੂੰ ਵਿਖਾਉਂਦੇ ਰਵਾਂਗੇ। ਦੋਸਤੋ ਆਪਣੀ ਪੂਰੀ ਕੋਸ਼ਿਸ਼ ਹੈ, ਜਿੱਥੇ ਜਾਨਵਰ ਕੋ ਦੱਸਦਾ ਚੰਗੇ ਤੋਂ ਚੰਗਾ ਉੱਥੇ ਹਾਜ਼ਰ ਹੀ ਜਾਂਦੇ ਨੇ, ਭਾਵੇਂ ਸੌਦਾ ਹੋਵੇ ਨਾ ਹੋਵੇ, ਉਹਨੇ ਨਸੀਬ ਦੀਆਂ ਗੱਲਾਂ। ਬਾਕੀ ਦੋਸਤੋ ਮੈਂ ਅੱਗੇ ਗੱਲ ਕਰਨਾ ਕਿ ਗੱਲਾਂ ਕੁਝ ਨੇ ਨਸੀਬ ਦੀਆਂ, ਅਤੇ ਅੱਲਾ ਪਾਕ ਬਿਹਤਰ ਕਰੇ ਦਾ ਦੋਸਤੋ। ਅਤੇ ਦੋਸਤੋ ਇਹ ਜਾਨਵਰ ਹੋਏ ਨੇ ਅਤੇ ਚਾਰ ਜਾਨਵਰ ਭਾਈ ਹੋਰਾਂ ਲਏ ਨੇ, ਜ਼ਫਰ ਨਾਮ ਹੈ ਭਾਈ ਹੋਰਾਂ ਦਾ, ਖਾਰੀਆਂ ਦੇ ਨੇ ਹਾਲ ਮੁਕੀਮ। ਦੋਸਤੋ 7,10,000 ਦੇ ਦੋਸਤੋ ਇਹਨਾਂ ਜਾਨਵਰ, ਚਾਰੇ ਗਾਵਾਂ ਮੱਝਾਂ ਚਾਰੇ ਜਾਨਵਰ ਲਏ ਨੇ, ਅੱਲਾ ਪਾਕ ਇਹਨਾਂ ਨਸੀਬ ਕਰੇ ਜੀ, ਚੋਣੀਆਂ ਪੀੜੀਆਂ ਚੁਗਣੀਆਂ ਦੇ ਜੀ। ਕਿਸੇ ਦੋਸਤ ਨੂੰ ਹੋਰ ਕੋਈ ਜਾਨਵਰ ਚਾਹੀਦਾ ਹੋਇਆ ਤਾਂ ਇਨਸ਼ਾਅੱਲਾ ਫਿਲਹਾਲ ਤਾਂ ਦੋਸਤੋ ਇੱਕ ਗਾਂ ਖੜੀ ਹੈ ਸਿਰਫ, ਉਹਦਾ ਵੀ ਬੱਚਾ ਮਰ ਗਿਆ ਹੈ, ਤਕਰੀਬਨ ਮਹੀਨੇ ਦੀ ਸੂਈ ਹੋਈ ਗਾਂ, ਗਾਂ ਕੋ ਵੈਰੀ ਗੁੱਡ ਦੁੱਧ ਬਹੁਤ ਹੈ। ਜੇ ਸਾਡੇ ਕੋਲ ਟਾਈਮ ਹੋਇਆ ਅੱਜ ਉਹਨਾਂ ਕੋਲ, ਤਾਂ ਇਨਸ਼ਾਅੱਲਾ ਉਹ ਵੀ ਅਪਲੋਡ ਕਰਾਂਗੇ, ਅਤੇ ਉਹ ਵੀ ਤੁਹਾਨੂੰ ਵਿਖਾਉਂਦੇ। ਬਾਲਟੀ ਦੋਸਤੋ ਦੇਖੋ, ਇੱਕ ਭਾਈ ਨਾਲ ਗੱਲਬਾਤ ਵੀ ਸਾਡੀ ਹੋਈ ਹੈ, ਦੇਖੋ ਖੜਨ ਨਾ ਖੜਨ, ਉਹ ਵੀ ਉਹਨਾਂ ਮਤਲਬ ਉਹਨਾਂ ਦੂਰ ਹੈ ਜ਼ਰਾ ਉਹਨਾਂ ਦਾ ਸਫ਼ਰ, ਉਹਨਾਂ ਦੋ ਜਾਨਵਰ ਖੜਨੇ ਨੇ, ਉਹਨਾਂ ਦੀ ਹੋਰ ਕੋਈ ਪਸੰਦ ਆਉਂਦੀ ਗਾਂ ਅਤੇ ਉਹਨਾਂ ਖੜਨੀ, ਅਤੇ ਇੰਨੀ ਤਾਂ ਮੇਰੇ ਹਿਸਾਬ ਵਿੱਚ ਕੋਈ ਨਹੀਂ ਹੋਣਾ ਸਾਡਾ ਅਤੇ ਉਹਨਾਂ ਦੀ ਗੱਲਬਾਤ। ਅਤੇ ਬਾਕੀ ਅੱਲਾ ਪਾਕ ਇਨਸ਼ਾਅੱਲਾ ਦੋਸਤੋ ਬਿਹਤਰ ਕਰੇ ਦਾ, ਬਿਹਤਰੀ ਦੀ ਉਮੀਦ ਰੱਖਣੀ ਚਾਹੀਦੀ ਹੈ। ਅਤੇ ਦੋਸਤੋ ਆਪਣੀਆਂ ਦੁਆਵਾਂ ਯਾਦ ਰੱਖਿਓ, ਤੁਹਾਡੀ ਸਪੋਰਟ ਦੀ ਤੁਹਾਡੀ ਮਦਦ ਦੀ ਲੋੜ ਹੈ ਦੋਸਤੋ, ਤੁਹਾਡੇ ਨਾਲ ਅਸੀਂ ਐਵਾਂ ਅਤੇ ਤੁਸੀਂ ਸਾਡੇ ਨਾਲ ਹੋ, ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਪਾਕ ਬਿਹਤਰ ਕਰੇ ਦਾ। ਦੋਸਤੋ ਦੁਆ ਕਰੋ, ਅੱਲਾ ਪਾਕ ਅੱਛੇ ਤੋਂ ਅੱਛੇ ਜਾਨਵਰ ਦੇਵੇ, ਅੱਛੇ ਤੋਂ ਅੱਛੇ ਜਾਨਵਰ ਲੈ ਕੇ ਆਵੀਏ ਤੁਹਾਡੇ ਵਾਸਤੇ, ਤੁਹਾਨੂੰ ਵਿਖਾਉਣ ਵਾਸਤੇ, ਬੰਦਿਆਂ ਵਾਸਤੇ। ਬਹੁਤ ਸੇ ਬੰਦਿਆਂ ਨੇ ਬਹੁਤ ਫਰਮਾਇਸ਼ਾਂ ਕੀਤੀਆਂ ਨੇ ਦੋਸਤੋ, ਇਨਸ਼ਾਅੱਲਾ ਜੀ ਉਰੀ ਆਪਣੀ ਪੂਰੀ ਕੋਸ਼ਿਸ਼ ਕਰਨ ਦੇ ਕਿ ਜਿੰਨਾ ਜਿੰਨਾ ਬੰਦਿਆਂ ਨੇ ਸਾਨੂੰ ਜਾਨਵਰ ਕਹੇ ਨੇ ਜਿਸ ਜਿਸ ਤਰ੍ਹਾਂ ਦੇ।
ਦੋਸਤੋ ਆਪਣੇ ਚੈਨਲ ਨੂੰ ਲਾਈਕ ਕਰ ਲਓ, ਸਬਸਕ੍ਰਾਈਬ ਕਰ ਲਓ ਮਵੇਸ਼ੀ ਮੰਡੀ ਟੀਵੀ ਨੂੰ, ਤਾਂ ਕਿ ਦੋਸਤੋ ਸਾਡੇ ਜਾਨਵਰਾਂ ਦੀਆਂ ਸਾਡੀ ਵੀਡੀਓਜ਼ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ। ਅਤੇ ਮਤਲਬ ਬੈੱਲ ਆਈਕਨ ਦਬਾ ਲਿਆ ਕਰੋ। ਕੋਈ ਦੋਸਤ ਕਹਿੰਦੇ ਨੇ ਜੀ ਤੁਹਾਡੀ ਵੀਡੀਓ ਨਹੀਂ ਆਉਂਦੀ, ਜਿਸ ਟਾਈਮ ਜਾਨਵਰ ਵੇਖ ਜਾਂਦੇ ਨੇ ਉਸ ਟਾਈਮ ਆਉਂਦੀ, ਉਹ ਤਾਂ ਨਹੀਂ ਆਉਂਦੀ ਦੋਸਤੋ। ਤੁਸੀਂ ਸਬਸਕ੍ਰਾਈਬ ਨਹੀਂ ਕੀਤੇ ਆ, ਤੁਸੀਂ ਲਾਈਕ ਨਹੀਂ ਕੀਤੇ ਆ, ਤੁਸੀਂ ਬੈੱਲ ਆਈਕੋਨ ਦਾ ਬਟਨ ਨਹੀਂ ਦਬਾਏ ਆ, ਨਹੀਂ ਤਾਂ ਤੁਹਾਡੇ ਤੱਕ ਸਾਡੀ ਵੀਡੀਓ ਜ਼ਰੂਰ ਆਵੇ। ਦੋਸਤੋ ਸਾਡੀ ਲੋਕੇਸ਼ਨ ਜ਼ਿਲ੍ਹਾ ਸਰਗੋਧਾ ਥਾਣਾ ਜਾਵਰੀਆਂ ਚੱਕ ਹਯਾਤਪੁਰੇ। ਦੋਸਤੋ ਅੱਜ ਇੱਕ ਕੱਟੀ ਵੀ ਸੁਬਹਾ ਦਿੱਤੀ ਨੇ ਇੱਕ ਘਰ ਨੂੰ, ਅੱਲਾ ਪਾਕ ਉਹਨਾਂ ਨਸੀਬ ਕਰੇ। ਉਹਨਾਂ ਬੜੀ ਵਾਰੀ ਆਖਿਆ ਸੀ ਸਾਨੂੰ ਵੀ ਇੱਕ ਕੱਟੀ ਚਾਹੀਦੀ ਹੈ, ਅਤੇ ਉਹ ਵੀ ਦਿੱਤੀ ਨੇ ਜੀ, ਅਤੇ ਉਹ ਲੈ ਗਏ ਨੇ ਜੀ, ਸੁਬਹਾ ਲੋਡ ਕਰਾਈ ਹੈ, ਅਤੇ ਅੱਲਾ ਪਾਕ ਉਹਨਾਂ ਨਸੀਬ ਕਰੇ ਜੀ, ਅੱਲਾ ਪਾਕ ਇਹਦੇ ਸਾਹ ਲੰਮੇ ਕਰੇ ਜੀ। ਬਾਕੀ ਗੱਲਾਂ ਹੁੰਦੀਆਂ ਨੇ ਦੋਸਤੋ ਨਸੀਬ ਦੀਆਂ। ਦੋਸਤੋ ਸਾਡੀ ਲੋਕੇਸ਼ਨ ਹੈ ਜ਼ਿਲ੍ਹਾ ਸਰਗੋਧਾ ਥਾਣਾ ਜਾਵਰੀਆਂ ਚੱਕ ਹਯਾਤਪੁਰ ਪੰਜਾਬ ਪਾਕਿਸਤਾਨ। ਮੋਬਾਈਲ ਨੰਬਰ ਨੇ ਕੰਟੈਕਟ ਨੰਬਰ ਦੋਸਤੋ 0341-692-3205। ਅੱਜ ਜੀ ਮੁਹੰਮਦ ਅਸਲਮ ਵੜੈਦ ਜੀ। ਦੂਸਰਾ ਨੰਬਰ ਜਾਇਜ਼ ਹੈ 0300-898-3690 ਜੀ, ਅੱਜ ਜੀ ਮੁਹੰਮਦ ਅਸਲਮ ਵੜੈਚ। ਵਟਸਐਪ, ਈਮੋ 'ਤੇ ਦੋਸਤੋ ਕਾਲ ਕਰ ਸਕਦੇ ਹੋ, ਰਾਬਤਾ ਕਰ ਸਕਦੇ ਹੋ ਜੀ। ਇਨਸ਼ਾਅੱਲਾ ਆਪਣੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਨੂੰ ਜਲਦੀ ਤੋਂ ਜਲਦੀ ਜਵਾਬ ਦੇਈਏ। ਦੇ ਦੋਸਤੋ ਨਾ ਜਲਦੀ ਤੋਂ ਜਲਦੀ ਜਵਾਬ ਦੇ ਸਕੀਏ, ਉਹਦੀ ਦੋ ਤਿੰਨ ਵਜ੍ਹਾ ਨੇ ਮੈਂ ਦੱਸ ਦੇਣਾ। ਜਿਹੜੇ ਦੋਸਤ, ਕੋਈ ਦੋਸਤ ਨਾਰਾਜ਼ ਹੋਣੇ ਨੇ ਕਿ ਇਮਰਾਨ ਜਵਾਬ ਨਹੀਂ ਦਿੰਦਾ ਜਾਂ ਹਾਜ਼ਰੀ ਕਾਲ ਕਈ ਵਾਰੀ ਨਹੀਂ ਅਟੈਂਡ, ਕਈ ਵਾਰੀ ਦੋਸਤੋ ਮੋਟਰਸਾਈਕਲ 'ਤੇ ਹੁੰਦੇ ਨੇ ਜਾਂ ਬੰਦੇ ਆ ਕੇ ਬੈਠੇ ਹੁੰਦੇ ਨੇ ਜਾਂ ਕਿਸੇ ਘਰ ਕੋਲ ਸੌਦਾ ਕਰ ਰਹੇ ਹੁੰਦੇ ਨੇ ਕਿਸੇ ਨਾ ਕਿਸੇ ਦੋਸਤੋ, ਕਿ ਯਕੀਨ ਮੰਨੋ ਕਿ ਤੁਹਾਡੀ ਸੋਚ ਤੋਂ ਵੀ ਜ਼ਿਆਦਾ ਰਾਬਤਾ ਬੰਦਿਆਂ ਦਾ। ਅਲਹਮਦੁਲਿਲਾ ਅੱਲਾਹ ਪਾਕ ਨੇ ਇੱਜ਼ਤ ਦਿੱਤੀ ਤੁਹਾਡੇ ਦੋਸਤਾਂ ਦਾ ਸਾਥ ਹੈ। ਅਤੇ ਦੋਸਤੋ ਮੇਰੀ ਕੁਝ ਮਜਬੂਰੀਆਂ ਨੇ, ਮੈਂ ਦੋਸਤੋ ਜੋਬ ਕਰਨਾ ਸਾਊਦੀ ਅਰੇਬੀਆ ਜੱਦਾ ਵਿੱਚ, ਠੀਕ ਹੈ। ਅਤੇ ਮਤਲਬ ਮੈਂ ਡਿਊਟੀ 'ਤੇ ਹੁੰਦਾ, ਕਈ ਵਾਰੀ ਮੈਂ ਵਿਹਲਾ ਹੋਵਾਂ ਅਤੇ ਮੈਂ ਨਾਲ ਨਾਲ ਜਵਾਬ ਦਿੰਦਾ ਰਹਿੰਦਾ, ਨਾਲ ਨਾਲ ਦੋਸਤੋ ਕੰਮ ਵੀ ਕਰਨਾ, ਦਿਹਾੜੀ ਵੀ ਲਾਉਣੀ। ਜਿਹੜੇ ਦੋਸਤ ਬਾਹਰ ਨੇ ਇਹਨਾਂ ਚੀਜ਼ਾਂ ਨੂੰ ਸਮਝਦੇ ਨੇ, ਫਿਰ ਦੋਸਤੋ ਸਭ ਦੋਸਤਾਂ ਨੂੰ ਮੈਂ ਰੀਪਲੇ ਕਰਨਾ ਹੁੰਦਾ। ਮਤਲਬ ਕਈ ਵਾਰੀ ਮੈਸੇਜ ਆਇਆ, ਮੈਂ ਮੈਸੇਜ ਦਾ ਰੀਪਲੇ ਕਰਨ ਲੱਗਣਾ, ਕਾਲ ਆ ਜਾਂਦੀ, ਵਟਸਐਪ ਤੋਂ ਆ ਜਾਂਦੀ, ਈਮੋ ਤੋਂ ਆ ਜਾਂਦੀ, ਉਸ ਤਰ੍ਹਾਂ ਕਾਲ ਆ ਜਾਂਦੀ ਦੋਸਤੋ, ਫਿਰ ਉਹ ਕਾਲ ਪਹਿਲੇ ਯਾਨੀ ਕਿ ਉਹ ਮੈਸੇਜ ਉੱਥੇ ਆ ਜਾਂਦਾ। ਲੇਕਿਨ ਮੈਂ ਫਿਰ ਵੀ ਆਪਣੀ ਪੂਰੀ ਕੋਸ਼ਿਸ਼ ਕਰਨਾ ਕਿ ਇਨਸ਼ਾਅੱਲਾ ਮੈਂ ਦੋਸਤੋ ਕਰਦਾ ਰਹਾਂਗਾ। ਅਤੇ ਕੋਈ ਸਾਡੀ ਵਜ੍ਹਾ ਤੋਂ ਕੋਈ ਗਿੱਲਾ ਸ਼ਿਕਵਾ ਦੋਸਤੋ ਬਿਲਕੁਲ ਦਿਲ 'ਚ ਨਹੀਂ ਰੱਖਣਾ, ਦਿਲ 'ਚ ਬਿਲਕੁਲ ਨਹੀਂ ਰੱਖਣੀ ਗੱਲ। ਇਨਸ਼ਾਅੱਲਾ ਕੋਈ ਗੱਲ ਨਾ ਹੈ ਵੇ ਨਾ ਹੋਣ ਲੱਗੀ ਹੈ, ਜਿਸ ਤਰ੍ਹਾਂ ਤੁਹਾਡੇ ਭਾਈਆਂ ਦਾ ਸਾਥ ਰਿਹਾ। ਅਤੇ ਫਿਰ ਮੈਂ ਕਹਾਂਗਾ ਦੋਸਤੋ, ਅੱਲਾ ਪਾਕ ਜ਼ਫਰ ਭਾਈ ਨੂੰ ਨਸੀਬ ਕਰੇ, ਅੱਲਾ ਪਾਕ ਇਹਨਾਂ ਨੂੰ ਚੋਣੀਆਂ ਪੀਣੀਆਂ ਚੁਗਣੀਆਂ ਦੇ ਜੀ, ਅਤੇ ਅੱਲਾ ਪਾਕ ਖੈਰ ਉਹ ਆਫੀਅਤ ਨਾਲ ਇਹਨਾਂ ਦਾ ਮਾਲ ਇਹਨਾਂ ਦੇ ਘਰ ਪਹੁੰਚਾਏ ਜੀ। ਬਹੁਤ ਅੱਛੇ ਬੰਦੇ ਨੇ ਜੀ, ਬਹੁਤ ਅੱਛੇ, ਬਹੁਤ ਸਿੱਧੇ ਸਾਦੇ ਬੰਦੇ ਨੇ ਜੀ। ਅੱਲਾ ਪਾਕ ਇਹਨਾਂ ਦੀ ਜ਼ਿੰਦਗੀ ਕਰੇ, ਇਹਨਾਂ ਸਿਹਤ ਦੇ ਜੀ। ਅਤੇ ਇਹ ਭਾਈ ਆਏ ਸਨ, ਉਹਨਾਂ ਦੇ ਨਾਲ ਉਹਨਾਂ ਦੇ ਕੁਝ ਬੰਦੇ ਸਨ, ਅਤੇ ਜ਼ਫਰ ਭਾਈ ਜਿਹੜੇ ਨੇ ਉਹ ਬਾਹਰ ਹੁੰਦੇ ਨੇ, ਮੁਲਕ ਨਾ ਨਹੀਂ ਮੈਨੂੰ ਯਾਦ ਰਿਹਾ, ਜਰਮਨੀ 'ਚ ਨੇ, ਯੂਕੇ 'ਚ ਨੇ, ਕਿਹੜੇ ਮੁਲਕ ਨੇ ਹੈ ਬਾਹਰ 'ਚ ਨੇ ਜਾਂ ਕਿਸੇ ਅਰਬ ਮੁਲਕ 'ਚ ਨੇ, ਬਾਹਰ ਨੇ ਉਹਨਾਂ ਦੇ ਭਾਈ ਨੇ ਪਿੱਛੋਂ ਨਿਜ਼ਾਮ ਸੰਭਾਲਿਆ ਮਾਸ਼ਾਅੱਲਾ ਜੀ। ਅਤੇ ਬਹੁਤ ਅੱਛੇ ਖੁਸ਼ ਇਖਲਾਕ ਬੰਦੇ ਨੇ ਜੀ, ਅਤੇ ਅੱਛਾ ਨਿਜ਼ਾਮ ਰਿਹਾ ਜੀ। ਅਤੇ ਇਹਨਾਂ ਨੂੰ ਅਸਾਂ ਜਾਨਵਰ ਦਿੱਤੇ ਸਨ, ਇਹਨਾਂ ਦੇ ਕੁਝ ਜਾਨਵਰਾਂ ਦਾ ਦੋਸਤੋ ਸਾਨੂੰ ਇਹਨਾਂ ਦੀ ਸੋਚ ਤੋਂ ਵੀ ਜ਼ਿਆਦਾ ਨਫ਼ਾ ਲੱਭਦਾ ਰਿਹਾ, ਨਹੀਂ ਦਿੱਤੇ ਇਹਨਾਂ ਨੂੰ। ਕਿਹਾ ਵੀ ਇਹ ਕੁਝ ਜਾਨਵਰਾਂ ਦਾ ਨਫ਼ਾ ਲੈ ਲਓ, ਛੱਡ ਦਿਓ, ਅੱਗੇ ਘਰ ਲੈਂਦੇ ਨੇ, ਲੇਕਿਨ ਉਹਨਾਂ ਕਿਹਾ ਅਸਾਂ ਨਹੀਂ ਦੇਣੇ। ਅਤੇ ਅੱਲਾ ਪਾਕ ਨਸੀਬ ਕਰੇ ਜੀ, ਜਿਹੜੀ ਗੱਲ ਅਸੀਂ ਤਾਂ ਉਹਦੇ 'ਤੇ ਕਹਿਵਾਂ, ਲੇਕਿਨ ਉਹਨਾਂ ਤੋਂ ਪੁੱਛ ਕੇ ਕੀ ਆ, ਜਾਨਵਰ ਇਹ ਘਰ ਲੈਂਦੇ ਨੇ, ਉਹਨਾਂ ਕਹਿੰਦੀ ਅਸਾਂ ਚੁਗਣੇ ਨੇ, ਅਸਾਂ ਯਾਨੀ ਕਿ ਲੈ ਨੇ ਇਸ ਵਾਸਤੇ 7,10,000 ਦੇ। ਦੋਸਤੋ ਇਹ ਚਾਰ ਜਾਨਵਰ ਹੋਏ ਨੇ ਜੀ, ਦੋ ਮੱਝਾਂ ਨੇ, ਦੋ ਗਾਵਾਂ ਨੇ, ਮੱਝ ਇੱਕ ਸੂਈ ਹੈ, ਇੱਕ ਮੱਝ ਸੂਣ ਵਾਲੀ ਹੈ, ਇੱਕ ਗਾਂ ਸੂ ਗਈ ਹੈ, ਕੁਝ ਦੇਰ ਪਹਿਲੇ ਸੂਈ ਹੈ ਗਾਂ ਜੀ, ਅਤੇ ਵੱਛਾ ਉਸ ਦਿੱਤਾ। ਦੂਜੀ ਮੱਝ ਜਿਹੜੀ ਹੈ ਉਹ ਸੂਣ ਵਾਲੀ, ਦੂਜੀ ਗਾਂ ਵੀ ਸੂਣ ਵਾਲੀ, ਇੱਕ ਗਾਂ ਇੱਕ ਮੱਝ ਸੂਈਆਂ ਨੇ, ਦੋ ਇੱਕ ਮੱਝ ਅਤੇ ਇੱਕ ਗਾਂ ਸੂਈਆਂ ਨੇ, ਅਤੇ ਇੱਕ ਮੱਝ ਅਤੇ ਇੱਕ ਗਾਂ ਸੂਣ ਵਾਲੀਆਂ ਨੇ। ਦੋਸਤੋ ਇਨਸ਼ਾਅੱਲਾ ਕੱਲ੍ਹ ਕੁਝ ਜਾਨਵਰ ਫਿਰ ਤੁਹਾਨੂੰ ਸ਼ਾਮ ਨੂੰ ਵਿਖਾਉਂਦੇ ਜਾਂ ਪਰਸੋਂ ਕੁਝ ਜਾਨਵਰ ਵਿਖਾਉਂਦੇ, ਜੇ ਵੀਡੀਓ ਹਾਜ਼ਰਾਂ ਬਣਾ ਲਈ ਜਾਂ ਵੀਡੀਓ ਭੇਜੀ, ਮੈਂ ਇਨਸ਼ਾਅੱਲਾ ਲਾ ਦਿਆਂਗਾ ਤੁਹਾਨੂੰ ਦਿਖਾਉਂਦੇ। ਜੇ ਦੋਸਤੋ ਸਾਡੀ ਵੀਡੀਓ ਜਾਂ ਸਾਡੀ 'ਚ ਕੋਈ ਕਮੀ ਬੇਸ਼ੀ ਹੋਵੇ ਤਾਂ ਦੋਸਤੋ ਤੁਸੀਂ ਵਟਸਐਪ, ਈਮੋ 'ਤੇ ਰਾਬਤਾ ਕਰਕੇ ਤੁਸੀਂ ਦੱਸ ਸਕਦੇ ਹੋ ਕਿ ਇਮਰਾਨ ਇਹ ਗੱਲ ਹੈ, ਇਹ ਬਾਤ ਹੈ, ਇਹ ਮਸਲਾ ਹੱਲ ਹੋ ਜਾਵੇਗਾ ਇਨਸ਼ਾਅੱਲਾ। ਅਤੇ ਇਨਸਾਨ ਕੋਸ਼ਿਸ਼ ਕਰਦਾ, ਆਪਣੀ ਪੂਰੀ ਕੋਸ਼ਿਸ਼ ਮੇਰੇ ਦੋਸਤੋ ਕਰਾਂਗੇ ਅਸੀਂ। ਅਤੇ ਬਾਕੀ ਅੱਲਾ ਪਾਕ ਬਿਹਤਰ ਕਰੇ, ਤਾਂ ਕੁਝ ਚੀਜ਼ਾਂ ਅੱਲਾ ਪਾਕ 'ਤੇ ਛੱਡ ਦੇਣੀਆਂ ਚਾਹੀਦੀਆਂ ਨੇ, ਇਨਸ਼ਾਅੱਲਾ ਅੱਲਾ ਪਾਕ ਸਭ ਵਾਸਤੇ ਬਿਹਤਰ ਕਰੇਗਾ। ਦੋਸਤੋ ਫਿਰ ਮੈਂ ਰਿਕੁਐਸਟ ਕਰਾਂਗਾ ਦੋਸਤੋ ਵੀਡੀਓ ਲਾਈਕ ਮਾਰ ਦਿਆ ਕਰੋ, ਬਹੁਤ ਮਿਹਰਬਾਨੀ ਤੁਹਾਡੀ। ਅਤੇ ਸਬਸਕ੍ਰਾਈਬ ਚੈਨਲ ਕਰ ਲਓ, ਬੈੱਲ ਆਈਕੋਨ ਦਬਾ ਲਓ, ਤਾਂ ਕਿ ਤੁਹਾਡੇ ਤੱਕ ਸਾਡੀ ਮਜ਼ੀਦ ਵੀਡੀਓ ਆ ਸਕਣ ਜੀ। ਅਤੇ ਦੋਸਤੋ ਅਗਲੀ ਵੀਡੀਓ ਤੋਂ ਇਜਾਜ਼ਤ ਚਾਹਾਂਗਾ ਜੀ, ਮੈਂ ਤੁਹਾਡਾ ਮੇਜ਼ਬਾਨ ਤੁਹਾਡਾ ਭਾਈ ਇਮਰਾਨ ਅਸਲਮ ਵੜੈਚ, ਤੁਸੀਂ ਵੇਖ ਰਹੇ ਸਾਓ ਆਪਣਾ ਮਵੇਸ਼ੀ ਮੰਡੀ ਟੀਵੀ ਜੀ। ਅੱਲਾ ਹਾਫਿਜ਼, ਅਗਲੀ ਵੀਡੀਓ ਤੱਕ ਇਜਾਜ਼ਤ ਚਾਹਾਂਗਾ, ਆਪਣਾ ਖਿਆਲ ਰੱਖਿਓ, ਦੁਆਵਾਂ ਯਾਦ ਰੱਖਿਓ ਜੀ, ਰੱਬ ਰਾਖਾ।